ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆ ਰਿਹਾ ਉਵੇਂ ਉਵੇਂ ਹੀ ਹਰ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਆਪਣੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ, ਜਿਸ ਦੇ ਚੱਲਦੇ ਗੁਰਦਾਸਪੁਰ ਦੇ ਵਿਧਾਨ ਸਭਾ ਹਲਕੇ ਕਾਦੀਆ ਤੋਂ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਹਲਕੇ ਦੇ ਵੱਖ ਵੱਖ ਗ੍ਰਾਮਾਂ ਵਿੱਚ ਜਾ ਕੇ ਚੋਣ ਮੀਟਿੰਗਾਂ ਕੀਤੀਆਂ ਨੇ ਅਤੇ ਆਪਣਾ ਪੰਜਾਬ ਨਾਂ ਦੇ ਚੌਥੇ ਫਰੰਟ 'ਤੇ ਚੁਟਕੀ ਵੀ ਲਈ ਹੈ। ਅੱਜ ਤਾਂ ਮੈਨੂੰ ਪਿੰਡ ਵੱਲੋਂ ਹੀ ਹੁਕਮ ਹੋਇਆ ਸੀ ਕਿ ਤੁਸੀਂ ਸਾਡੇ ਪਿੰਡ ਵਿੱਚ ਆਓ, ਅਸੀਂ ਮੀਟਿੰਗ ਕਰਨੀ ਚਾਹੁੰਦੇ ਹਾਂ। ਅਤੇ ਅੱਜ ਜੋ ਨਗਰ ਪੂਰੀਆਂ ਸੈਣੀਆਂ ਆ ਉਹਨਾਂ ਦੀ ਆਪਣੀ ਸੰਗਤ ਇੱਥੇ ਇਕੱਤਰ ਹੋਈ ਆ ਅਤੇ ਅੱਜ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਆਏ ਹਾਂ। ਲੇਕਿਨ ਜਿੱਡਾ ਵੱਡਾ ਹੁੰਗਾਰਾ ਲੋਕਾਂ ਵੱਲੋਂ ਮਿਲਿਆ ਆ, ਮੈਂ ਸਮਝਦਾ ਕਿ ਲੋਕ ਆਮ ਮੁਹਾਰੇ ਸ਼੍ਰੋਮਣੀ ਅਕਾਲੀ ਦਲ ਦੀ ਡਿਵੈਲਪਮੈਂਟ ਨੂੰ ਵੇਖ ਕੇ ਅਤੇ ਆਪ ਮੀਟਿੰਗਾਂ ਕਰ ਰਹੇ ਆ ਬਜਾਏ ਕਿ ਇਲੈਕਸ਼ਨ ਕੰਪੇਨ ਇਲੈਕਸ਼ਨ ਲੜਨ ਵਾਲੇ ਚਲਾਉਣ। ਉਹਦੇ ਤੋਂ ਪਹਿਲਾਂ ਹੀ ਲੋਕਾਂ ਨੇ ਆਪਣੇ ਤੌਰ 'ਤੇ ਕੰਪੇਨਿੰਗ ਜਿਹੜੀ ਆ ਸ਼ੁਰੂ ਕਰ ਦਿੱਤੀ ਆ। ਸੋ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਿੱਤ ਦੀਆਂ ਨਿਸ਼ਾਨੀਆਂ। ਵੇਖੋ, ਪਹਿਲੀ ਗੱਲ ਤਾਂ ਜਿਹੜਾ ਆਪਣੇ ਚੌਥਾ ਫਰੰਟ ਸੀਗਾ, ਕੋਈ ਵੀ ਫਰੰਟ ਬਣਦਾ ਕਿਸੇ ਅਸੂਲ ਦੇ ਆਧਾਰ 'ਤੇ ਬਣੇ, ਕਿਸੇ ਸਿਧਾਂਤ ਦੇ ਹਿਸਾਬ ਨਾਲ ਬਣੇ, ਉਹ ਆਪਣੇ ਚਿਰ ਸਥਾਈ ਹੁੰਦਾ। ਅਤੇ ਜਿਹੜੇ ਲੋਕ ਆਪੋ ਆਪਣੇ ਲਾਲਚਾਂ ਨੂੰ ਇਕੱਠੇ ਹੋਏ ਹੋਣ ਅਤੇ ਲੋਕਾਂ ਨਾਲ ਦੂਜੀਆਂ ਪਾਰਟੀਆਂ ਨਾਲ ਆਪਣੇ ਸੌਦੇਬਾਜ਼ੀਆਂ ਕਰਦੇ ਹੋਣ, ਜਿਹਦੀ ਵੀ ਕਿਤੇ ਆਪਣੇ ਸੌਦੇਬਾਜ਼ੀ ਚੰਗੀ ਹੋ ਜਾਂਦੀ ਆ ਉਹ ਉੱਥੇ ਚਲਿਆ ਜਾਂਦਾ ਆ। ਲੇਕਿਨ ਮੈਂ ਸਮਝਦਾ ਕਿ ਪੋਲੀਟੀਕਲ ਪਾਰਟੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ। ਅਤੇ ਕਈ ਲੋਕਾਂ ਦਾ ਸੁਭਾਅ ਆ ਕਿ ਉਹ ਫੈਸਲਾ ਕਰਦੇ ਕਰਦੇ ਗੱਡੀ ਨਿਗਾ ਲੈਂਦੇ ਆ। ਉਹ ਹਾਲ ਇਸ ਆਪਣੇ ਚੌਥੇ ਫਰੰਟ ਦਾ ਹੋਇਆ, ਕਦੀ ਕਿਸੇ ਨਾਲ ਸੌਦਾ ਕਰ ਰਹੇ ਸੀ, ਕਦੀ ਕਿਸੇ ਨਾਲ ਸੌਦਾ ਕਰ ਰਹੇ ਸੀ, ਅਤੇ ਸੌਦਾ ਕਰਦਿਆਂ ਕਰਦਿਆਂ ਇਹਨਾਂ 'ਤੇ ਗੱਡੀ ਨਿਗਾ ਲਈ, ਇਹਨਾਂ ਦੇ ਪੱਲੇ ਹੀ ਕੁਛ ਨਹੀਂ ਰਹਿ ਗਿਆ। ਅਤੇ ਹੁਣ ਜਿੱਧਰ ਮਰਜ਼ੀ ਚਲੇ ਜਾਣ, ਨਾ ਲੈਣ ਵਾਲਿਆਂ ਨੂੰ ਅਤੇ ਨਾ ਜਾਣ ਵਾਲਿਆਂ ਨੂੰ ਮੇਰੇ ਵੇਖ ਕੇ ਕੋਈ ਲਾਭ ਨਹੀਂ ਆਉਣ ਵਾਲਾ। ਥੈਂਕ ਯੂ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।